ਹਲਕਾ ਸ਼੍ਰੀ ਚਮਕੌਰ ਸਾਹਿਬ ਅਧੀਨ ਪੈਂਦੇ ਮੋਰਿੰਡਾ ਸ਼ਹਿਰ ਦੇ ਬੱਸ ਸਟੈਂਡ ਦੇ ਹਾਲਾਤ ਇੰਨੇ ਤਰਸਯੋਗ ਬਣੇ ਹੋਏ ਹਨ, ਜਿਸ ਵੱਲ ਨਾ ਤਾਂ ਹਲਕੇ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧਿਆਨ ਹੈ ਅਤੇ ਨਾ ਹੀ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਇਸ ਦੀ ਦੇਖਰੇਖ ਕੀਤੀ ਜਾ ਰਹੀ ਹੈ। ਅੱਜ ਜਦੋਂ ਮੋਰਿੰਡਾ ਦੇ ਬੱਸ ਸਟੈਂਡ ਦਾ ਪੱਤਰਕਾਰਾਂ ਵੱਲੋਂ ਦੌਰਾ ਕੀਤਾ ਗਿਆ ਤਾਂ ਬੱਸ ਸਟੈਂਡ ਤੇ ਸਫਾਈ ਦਾ ਮੰਦਾ ਹਾਲ ਸੀ। ਥਾਂ ਥਾਂ ਗੰਦਗੀ ਦੇ ਢੇਰ ਲੱਗੇ ਹੋਏ ਸਨ। ਰੇਹੜੀ ਵਾਲਿਆਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਨ੍ਹਾਂ ਤੋਂ ਠੇਕੇਦਾਰਾਂ ਵੱਲੋਂ ਡੇਲੀ ਵਸੂਲੀ ਕੀਤੀ ਜਾ ਰਹੀ ਹੈ। ਭਾਵੇਂ ਕੈਬਨਿਟ ਮੰਤਰੀ ਰੋਜ਼ਗਾਰ ਮੇਲੇ ਲਗਾਉਣ ਵਿੱਚ ਰੁੱਝੇ ਹੋਏ ਹਨ, ਪਰ ਹਲਕੇ ਦੇ ਨੌਜਵਾਨਾਂ ਤੋਂ ਰੋਜ਼ਗਾਰ ਦੇ ਨਾਂ ਤੇ ਡੇਲੀ ਵਸੂਲੀ ਜਾ ਰਹੀ ਹੈ। ਬੱਸ ਸਟੈਂਡ ਤੇ ਬਾਥਰੂਮਾਂ ਤੇ ਲੋਕਾਂ ਤੋਂ ਰੁਪਏ ਵਸੂਲੇ ਜਾ ਰਹੇ ਹਨ। ਇਹ ਰੁਪਏ ਕਿਸੇ ਅਧਿਕਾਰੀ ਦੀ ਸ਼ਹਿ ਤੇ ਇਕੱਠੇ ਕੀਤੇ ਜਾ ਰਹੇ ਹਨ। ਇਸ ਸੰਬੰਧੀ ਹਲਕੇ ਦੇ ਲੋਕਾਂ ਦੀ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਹੈ ਕਿ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਰਜੇਸ਼ ਸ਼ਰਮਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬੱਸ ਸਟੈਂਡ ਦੀ ਸਫਾਈ ਜਲਦ ਕਰਵਾਈ ਜਾਵੇਗੀ। ਠੇਕੇਦਾਰਾਂ ਵੱਲੋਂ ਜਿਹੜੇ ਲੋਕਾਂ ਤੋਂ ਰੁਪਏ ਲਏ ਜਾ ਰਹੇ ਹਨ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਬੱਸ ਸਟੈਂਡ ਦੇ ਬਾਥਰੂਮ ਬਿਲਕੁਲ ਫ੍ਰੀ ਹਨ। ਕੁਛ ਸ਼ਹਿਰ ਦੇ ਮਤਲਬ ਕਾਫੀ ਬੁੱਧੀਜੀਵੀ ਆਏ ਸੀਗੇ ਤੇ ਉਹਨਾਂ ਨੇ ਮੇਰੇ ਧਿਆਨ ਚ ਲਿਆਂਦਾ ਸੀਗਾ ਕਿ ਬੱਸ ਸਟੈਂਡ ਚ ਵੀ ਕਾਫੀ ਹਾਲਤ ਖਰਾਬ ਹੈ। ਉਹਦਾ ਮੇਰੇ ਵੱਲੋਂ ਅੱਜ ਨਿੱਜੀ ਤੌਰ ਤੇ ਮੌਕਾ ਦੇਖਿਆ ਗਿਆ। ਉਹਦੀਆਂ ਕਮੀਆਂ ਜਿਹੜੀਆਂ ਹੈਗੀਆਂ ਕੁਛ ਤਾਂ ਮਤਲਬ ਦਫ਼ਤਰ ਨੇ ਆਪਣੇ ਪੱਧਰ ਤੇ ਦੂਰ ਕਰ ਲਈਆਂ ਤੇ ਅੱਜ ਮੈਂ ਆਪਣੇ ਦੇਖਣ ਤੋਂ ਬਾਅਦ ਉਹਦੇ ਚ ਕੁਛ ਜਿਹੜੇ ਸੁਧਾਰ ਚਾਹੀਦੇ ਆ ਉਹਦੇ ਲਈ ਵੀ ਮੈਂ ਮਤਲਬ ਜਲਦੀ ਮਤਲਬ ਜਿਹੜਾ ਆਪਣੇ ਹਾਊਸ ਦੇ ਥਰੂ ਫੈਸਲਾ ਕਰਾ ਕੇ ਉਹਨੂੰ ਫਾਈਨਲ ਕਰਾਂਗੇ। ਉੱਥੇ ਚਾਲੂ ਹਾਲਤ 'ਚ ਹੈ ਲੇਕਿਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਸੁਲਭ ਸ਼ੌਚਾਲਿਆ ਜਾਂ ਫਿਰ ਮਤਲਬ ਕਿਸੇ NGO ਦੇ ਥਰੂ ਇਹਨਾਂ ਨੂੰ ਚਲਾਈਏ ਤਾਂ ਜੋ ਹੋਰ ਬਿਹਤਰ ਤਰੀਕੇ ਨਾਲ ਮਤਲਬ ਇਹਨੂੰ ਚਾਲੂ ਰੱਖਿਆ ਜਾ ਸਕੇ। ਮੋਰਿੰਡਾ ਤੋਂ ਪੰਜਾਬੀ ਸਰਗਰਮੀਆਂ ਲਈ ਮਨਜੀਤ ਸਿੰਘ ਸੋਹੀ ਦੀ ਰਿਪੋਰਟ।